ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਮੈਂ ਹਾਂ ਕੁਸਮ ਸੋਨੀਆ। ਪਹਿਲਾਂ ਇੱਕ ਨਜ਼ਰ ਚੁਣਵੀਆਂ ਖਬਰਾਂ ਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੇਸ਼ ਭਰ ਦੇ ਕਿਸਾਨਾਂ ਦੇ ਜੀਵਨ ਵਿੱਚ ਬਦਲਾਅ ਲਈ ਯਤਨਸ਼ੀਲ ਹੈ। ਪ੍ਰਧਾਨ ਮੰਤਰੀ ਨੇ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਆਧਾਰ ਪ੍ਰਮਾਣਿਕਤਾ ਰਾਹੀਂ ਕਿਸਾਨਾਂ ਨੂੰ ਅਦਾਇਗੀ ਵਿੱਚ ਵਧੀਆ ਕਾਰਗੁਜ਼ਾਰੀ ਲਈ ਰੂਪਨਗਰ ਜ਼ਿਲ੍ਹਾ ਦੇਸ਼ ਭਰ ਵਿੱਚੋਂ ਅਵਲ ਰਿਹਾ। ਕੇਂਦਰ ਸਰਕਾਰ ਵੱਲੋਂ ਕੋਵਿਡ-19 ਟੀਕਾਕਰਨ ਮੁਹਿੰਮ ਦੇ ਅਗਲੇ ਗੇੜ ਤਹਿਤ 1 ਮਾਰਚ ਤੋਂ 60 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਟੀਕਾਕਰਨ ਕੀਤਾ ਜਾਵੇਗਾ। 10,000 ਸਰਕਾਰੀ ਕੇਂਦਰਾਂ ਵਿੱਚ ਕੋਵਿਡ ਵੈਕਸੀਨ ਮੁਫਤ ਲਗਾਈ ਜਾਵੇਗੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅਹਿਮਦਾਬਾਦ ਵਿੱਚ ਵਿਸ਼ਵ ਦੇ ਸਭ ਤੋਂ ਵੱਡੇ ਨਰਿੰਦਰ ਮੋਦੀ ਸਟੇਡੀਅਮ ਦਾ ਉਦਘਾਟਨ ਕੀਤਾ। ਉੱਘੇ ਪੰਜਾਬੀ ਗਾਇਕ ਸਰਦੂਲ ਸਿਕੰਦਰ ਦਾ 60 ਵਰ੍ਹਿਆਂ ਦੀ ਉਮਰ ਵਿੱਚ ਦੇਹਾਂਤ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੇ ਦੇਹਾਂਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਕੇਂਦਰ ਨੇ ਕੋਵਿਡ ਦੀ ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਮੇਤ 10 ਸੂਬਿਆਂ ਵਿੱਚ ਕੇਂਦਰੀ ਟੀਮਾਂ ਤੈਨਾਤ ਕੀਤੀਆਂ। ਅਤੇ ਪ੍ਰਧਾਨ ਮੰਤਰੀ ਵੱਲੋਂ ਆਤਮ ਨਿਰਭਰ ਭਾਰਤ ਦੇ ਨਾਅਰੇ ਤਹਿਤ ਆਲਮੀ ਬਾਜ਼ਾਰ ਵਿੱਚ ਭਾਰਤ ਦੀ ਖਿਡੌਣਾ ਸਨਅਤ ਨੂੰ ਪ੍ਰਫੁੱਲਿਤ ਕਰਨ ਲਈ ਪਹਿਲੀ ਵਾਰ 27 ਫਰਵਰੀ ਤੋਂ ਇੰਡੀਆ ਟੁਆਏ ਫੇਅਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਤੇ ਹੁਣ ਖਬਰਾਂ ਦਾ ਵਿਸਥਾਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਭਰ ਦੇ ਕਿਸਾਨਾਂ ਦਾ ਜੀਵਨ ਬਦਲਣ ਵਿੱਚ ਵਚਨਬੱਧ ਹੈ। ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਦੇ 2 ਵਰ੍ਹੇ ਮੁਕੰਮਲ ਹੋਣ ਮੌਕੇ ਟਵੀਟ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਕੀਮ ਨੇ ਦੇਸ਼ ਭਰ ਦੇ ਕਿਸਾਨਾਂ ਦੇ ਜੀਵਨ ਵਿੱਚ ਮਹੱਤਵਪੂਰਨ ਸੁਧਾਰ ਲਿਆਉਣ ਲਈ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਆਤਮ ਨਿਰਭਰ ਭਾਰਤ ਮੁਹਿੰਮ ਨਾਲ ਦੇਸ਼ ਭਰ ਦੇ ਕਿਸਾਨ ਜੁੜੇ ਹੋਏ ਨੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੀਐਮ ਕਿਸਾਨ ਯੋਜਨਾ ਨੇ ਕਰੋੜਾਂ ਕਿਸਾਨਾਂ ਦਾ ਜੀਵਨ ਬਦਲਿਆ ਹੈ ਅਤੇ ਉਨ੍ਹਾਂ ਨੂੰ ਅੱਗੇ ਦੇ ਵਿਕਾਸ ਲਈ ਪ੍ਰੇਰਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿਛਲੇ 7 ਸਾਲਾਂ ਦੌਰਾਨ ਖੇਤੀਬਾੜੀ ਸੈਕਟਰ ਨੂੰ ਮਜ਼ਬੂਤ ਕਰਨ ਅਤੇ ਇਸ ਦੇ ਵਿਕਾਸ ਲਈ ਕਈ ਪਹਿਲਕਦਮੀਆਂ ਕੀਤੀਆਂ ਨੇ, ਜਿਸ ਵਿੱਚ ਬਿਹਤਰ ਸਿੰਚਾਈ, ਤਕਨਾਲੋਜੀ, ਕਰਜ਼ਿਆਂ ਦੀ ਉਪਲਬਧਤਾ, ਬਾਜ਼ਾਰਾਂ ਤੱਕ ਪਹੁੰਚ, ਫਸਲ ਦਾ ਬੀਮਾ, ਭੂਮੀ ਦੀ ਸਿਹਤ ਪ੍ਰਤੀ ਧਿਆਨ ਸਮੇਤ ਹੋਰ ਕਈ ਅਹਿਮ ਕਦਮ ਚੁੱਕੇ ਨੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਕੀਤੀਆਂ ਗਈਆਂ ਇਹਨਾਂ ਪਹਿਲਕਦਮੀਆਂ ਸਦਕਾ ਬਿਹਤਰ ਨਤੀਜੇ ਮਿਲ ਰਹੇ ਨੇ। ਉਨ੍ਹਾਂ ਕਿਹਾ ਕਿ ਸਾਡੇ ਲਈ ਇਹ ਮਾਣ ਦੀ ਗੱਲ ਹੈ ਕਿ ਖੁਰਾਕੀ ਅਨਾਜ ਅਤੇ ਹੋਰਨਾਂ ਖੇਤੀਬਾੜੀ ਉਤਪਾਦਾਂ ਦੇ ਘੱਟੋ ਘੱਟ ਸਮਰਥਨ ਮੁੱਲ ਵਿੱਚ ਇਤਿਹਾਸਕ ਵਾਧਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਇੱਕ ਵਾਰ ਫਿਰ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਲਈ ਕੇਂਦਰ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ 24 ਫਰਵਰੀ 2019 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਸ਼ੁਰੂ ਕੀਤਾ ਸੀ, ਜਿਸ ਤਹਿਤ ਹਰੇਕ ਵਰ੍ਹੇ ਕਿਸਾਨਾਂ ਨੂੰ 2,000 ਰੁਪਏ ਦੀਆਂ 3 ਕਿਸ਼ਤਾਂ ਵਿੱਚ ਮਾਲੀ ਮਦਦ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਟ੍ਰਾਂਸਫਰ ਕੀਤੀ ਜਾਂਦੀ ਹੈ। ਯੋਜਨਾ ਦੇ ਸ਼ੁਰੂਆਤ ਵਿੱਚ ਦੇਸ਼ ਦੇ ਛੋਟੇ ਅਤੇ ਮੱਧ ਵਰਗੀ ਕਿਸਾਨਾਂ ਜਿਨ੍ਹਾਂ ਦੀ ਜ਼ਮੀਨ 2 ਹੈਕਟੇਅਰ ਤੋਂ ਘੱਟ ਸੀ ਉਹਨਾਂ ਨੂੰ ਲਾਭਪਾਤਰੀ ਬਣਾਇਆ ਗਿਆ ਸੀ, ਜਦਕਿ ਬਾਅਦ ਵਿੱਚ ਹਰੇਕ ਕਿਸਾਨ ਪਰਿਵਾਰ ਨੂੰ ਇਸਦਾ ਲਾਭ ਦਿੱਤਾ ਗਿਆ। ਹੁਣ ਤੱਕ ਦੇਸ਼ ਭਰ ਦੇ ਕਿਸਾਨਾਂ ਨੂੰ 1,10,000 ਕਰੋੜ ਰੁਪਏ ਤਕਸੀਮ ਕੀਤੇ ਜਾ ਚੁੱਕੇ ਨੇ। ਕਿਸਾਨ ਸਨਮਾਨ ਨਿਧੀ ਯੋਜਨਾ ਦੇ 2 ਵਰ੍ਹੇ ਮੁਕੰਮਲ ਹੋਣ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ ਦੇ ਕਿਸਾਨਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਯੋਜਨਾ ਨੇ ਕਿਸਾਨਾਂ ਦੇ ਸ਼ਕਤੀਕਰਨ ਦੇ ਨਾਲ ਨਾਲ ਉਹਨਾਂ ਨੂੰ ਸਵੈ ਮਾਣ ਦਿੱਤਾ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ 11 ਕਰੋੜ ਤੋਂ ਵੱਧ ਕਿਸਾਨ ਇਸ ਯੋਜਨਾ ਦਾ ਲਾਹਾ ਲੈ ਚੁੱਕੇ ਨੇ। ਅਮਿਤ ਸ਼ਾਹ ਨੇ ਕਿਸਾਨਾਂ ਨੂੰ ਆਤਮ ਨਿਰਭਰ ਬਣਾਉਣ ਵੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਗਏ ਸਕਾਰਾਤਮਕ ਯਤਨਾਂ ਦੀ ਵੀ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਆਧਾਰ ਪ੍ਰਮਾਣਿਕਤਾ ਰਾਹੀਂ ਕਿਸਾਨਾਂ ਨੂੰ ਅਦਾਇਗੀ ਵਿੱਚ ਵਧੀਆ ਕਾਰਗੁਜ਼ਾਰੀ ਦੇ ਚੱਲਦਿਆਂ ਪੰਜਾਬ ਦਾ ਰੂਪਨਗਰ ਜ਼ਿਲ੍ਹਾ ਸਮੁੱਚੇ ਦੇਸ਼ ਵਿੱਚ ਅਵਲ ਰਿਹਾ ਹੈ। ਇਸ ਸੰਬੰਧੀ ਨਵੀਂ ਦਿੱਲੀ ਵਿੱਚ ਕਰਵਾਏ ਗਏ ਇੱਕ ਸਮਾਗਮ ਦੌਰਾਨ ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਡਾਕਟਰ ਸੁਖਦੇਵ ਸਿੰਘ ਸਿੱਧੂ ਅਤੇ ਰੂਪਨਗਰ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਅਵਤਾਰ ਸਿੰਘ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਕੋਲੋਂ ਇਹ ਪੁਰਸਕਾਰ ਹਾਸਲ ਕੀਤਾ। ਇਸ ਮੌਕੇ ਡਾਕਟਰ ਸਿੱਧੂ ਨੇ ਦੱਸਿਆ ਕਿ ਪੰਜਾਬ ਦੇ ਖੇਤੀਬਾੜੀ ਕਮਿਸ਼ਨਰ ਡਾਕਟਰ ਬਲਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਕਿਸਾਨਾਂ ਦੇ ਹਿੱਤਾਂ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ। ਉਨ੍ਹਾਂ ਦੱਸਿਆ ਕਿ ਪੰਜਾਬ ਦੇ 17,87,000 ਲਾਭਪਾਤਰੀ ਕਿਸਾਨਾਂ ਨੂੰ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ 2,654 ਕਰੋੜ ਰੁਪਏ ਤਕਸੀਮ ਕੀਤੇ ਜਾ ਚੁੱਕੇ ਨੇ। ਉਨ੍ਹਾਂ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਵਿੱਚ 55,809 ਕਿਸਾਨਾਂ ਨੂੰ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਹਾ ਦਿੱਤਾ ਗਿਆ ਹੈ।
केंद्र सरकार वालों कोविड-19 टीकाकरण मुहिम के अगले गेड़ तहत 1 मार्च तो 60 साल तो बाद उम्र के नागरिकों का टीकाकरण किया जाएगा। केंद्रीय मंत्रिमंडल की मीटिंग तो बाद नवी दिल्ली में एक पत्रकारों नाल गलबात करदिया सूचना ते प्रसारण मंत्री प्रकाश जावड़ेकर ने कहा कि इस गेड़ तहत 10,000 सरकारी केंद्रों में कोविड टीकाकरण दी सुविधावां उपलब्ध करवाईयां जाणगियां अते इन्हां नूं केंद्र विच वैक्सीन बिल्कुल मुफ्त लगाई जाएगी। उन्हां कहा कि प्राइवेट केंद्रों में टीकाकरण फीस बारे सेहत विभाग वालों आने वाले दिनों में जानकारी दी जाएगी। उन्होंने दस्सिया कि किसी होर बीमारी तो पीड़ित 45 साल तो वध उम्र के व्यक्तियों भी इस गेट तहत वैक्सीन लगाई जाएगी। जावड़ेकर ने कहा कि भारत में दुनिया का सब तो तेज़ कोविड टीकाकरण चल रहा है कि जो 10,000 सरकारी केंद्रों पर जाकर टीका लगवाएंगे कोई भी हो उसको मुफ्त टीका लगेगा, सरकारी हॉस्पिटल में मुफ्त लगेगा सरकारी केंद्रों पर, और प्राइवेट में जो लेंगे उनको अर्थात उसका शुल्क देना पड़ेगा, और वो शुल्क कितना होगा, कितनी फीस होगी तो स्वास्थ्य विभाग 2-3 दिन में उसके बारे में घोषणा करेगा। मंत्रिमंडल वालों सूचना तकनोलॉजी के हार्डवेयर लिए उत्पादन नाल संबंधित प्रोत्साहन स्कीम नूं भी हरी झंडी दिखाई गई है। इस तों इलावा फार्मा सैक्टर विच भी सरकार वालों उत्पादन नाल संबंधित प्रोत्साहन देण नूं मंजूरी दित्ती गई है। पुडुचेरी की सियासी स्थिति ते गल करदिआं प्रकाश जावड़ेकर ने कहा कि पुडुचेरी के मुख्यमंत्री वालों अस्तीफा दिता जा चुका है, किसी भी पार्टी वालों विधानसभा विच बहुमत साबित करन दी पेशकश नहीं की गई। उन्होंने दस्सिया कि इस आधार ते पुडुचेरी के उपराज्यपाल वालों 14वीं विधानसभा नूं भंग करन दी सिफारिश की गई है, जिस नूं राष्ट्रपति कोल प्रवानगी लई भेजा जाएगा। राष्ट्रपति रामनाथ कोविंद ने गुजरात के अहमदाबाद विच विश्व के सब तो वड्डे क्रिकेट स्टेडियम का उद्घाटन किया। इस स्टेडियम नूं नरेंद्र मोदी स्टेडियम का नाम दिता गया है। इस दौरान राष्ट्रपति ने नवे बने क्रिकेट स्टेडियम विच सरदार पटेल खेड इनकलेव का नींह पत्थर भी रख्या। राष्ट्रपति रामनाथ कोविंद और गृहमंत्री अमित शाह वालों खेड इनकलेव के भूमि पूजन विच भी शिरकत की गई। इस मौके समागम नूं संबोधन करदिआं राष्ट्रपति रामनाथ कोविंद ने कहा कि साडे लई माण दी गल है कि मोटेरा दा इह स्टेडियम विश्व दा सब तो वड्डा स्टेडियम है। उन्होंने कहा कि इस स्टेडियम विच LED लाइटां दी वरतों नाल ऊर्जा बचाउण दा यतन शलाघायोग है। राष्ट्रपति ने कहा कि ग्रीन बिल्डिंग की सुनहरी रेटिंग वाला यह स्टेडियम वातावरण अनुकूल विकास का वधिया उदाहरण है। उन्होंने कहा कि भारत खेडां विच ही नहीं विश्व पद्धर ते विकास के खेत्र विच उच्चा मुकाम हासिल करन दी समर्था रखता है। मेलबर्न क्रिकेट ग्राउंड विश्व का सबसे बड़ा क्रिकेट स्टेडियम था। आज हम सभी देशवासियों के लिए गर्व की बात है कि 1,32,000 दर्शकों की क्षमता के साथ मोटेरा का ये स्टेडियम आज विश्व का सबसे बड़ा क्रिकेट स्टेडियम बन गया। मुझे यह जानकारी दी गई है कि इस स्टेडियम में होने वाले डे नाइट मैचों के लिए LED लाइटिंग से रोशनी की विशेष व्यवस्था की गई है। किसी भी अन्य स्टेडियम में इस्तेमाल हो रही लाइटिंग की तुलना में यहाँ लगभग आधी बिजली खर्च होगी। ऊर्जा का इतना किफायती व सक्षम उपयोग विशेष सराहनीय है। ग्रीन बिल्डिंग सर्टिफिकेशन की गोल्ड रेटिंग से युक्त यह स्टेडियम इको फ्रेंडली विकास का एक अच्छा उदाहरण भी है। नरेंद्र मोदी क्रिकेट स्टेडियम 63 एकड़ तो वध रकबे विच फैलिया होया है, जिस लई 3 दाखला दरवाजे रखे गए ने। स्टेडियम विच 1,32,000 दर्शकों के बैठण की समर्था है। स्टेडियम विच 25-25 दर्शकों के बैठण लई 76 एयर कंडीशनर कारपोरेट बॉक्स बनाए गए ने। इस तों इलावा इस स्टेडियम विच ओलंपिक साइज़ का स्विमिंग पूल और 4 ड्रेसिंग रूम भी बनाए गए ने। स्टेडियम की 3,000 कारां ते 10,000 दोपहिया वाहनों की पार्किंग समर्था है। नरेंद्र मोदी स्टेडियम विच 55 कमरियां, जिमनेजियम, इनडोर प्रैक्टिस पिचां अते फूड कोर्ट समेत एक क्लब हाउस बनाया गया है। स्टेडियम की छत उपर फ्लड लाइटां की बजाय LED लाइटां लगाईयां गईयां ने। पंजाब दे उगे गायक सरदूल सिकंदर दा अज 60 वर्यां दी उम्र विच देहांत हो गया। वह पिछले तकरीबन 1 महीने तो कोविड-19 कारण बीमार चल रहे सन और उन्हां दा मोहाली दे एक हस्पताल विच इलाज चल रहा सी, जिथे उन्हां अज आखिरी साह लए। पंजाबी गायकी दे बाबा बोर्ड कहे जाण वाले सरदूल सिकंदर ने तकरीबन 4 दहाकियां तक पंजाबी स्रोतियां दा मनोरंजन किया। उन्हां दे देहांत नाल पंजाबी संगीत जगत विच सोग दी लहर
छा गई है। मुख्यमंत्री कैप्टन अमरिंदर सिंह ने सरदूल सिकंदर के देहांत ते डूंगे दुख का प्रगटावा किया है। उन्होंने कहा कि आज का दिन पंजाबी संगीत जगत लिए बेहद माड़ा दिन है। मुख्यमंत्री ने सरदूल सिकंदर के इलाज दौरान आए 10 लाख रुपए का खर्च सरकार वालों देने का भी ऐलान किया। केंद्र सरकार ने कोविड की मौजूदा स्थिति और प्रबंधन को ध्यान में रखदियां पंजाब समेत 10 सूबों में केंद्रीय टीमां तैनात कीतियां ने। केंद्र वल्लों पंजाब समेत होरनां लई सूबों में कोविड 19 के वध रहे केसां के मद्देनज़र RT-PCR टैसटां का दायरा वधाउण की भी हदायत की गई है। केंद्र वल्लों हरेक सूबे लई 3 मैंबरी टीमां बनाई गई ने, जिन्हां की अगवाई सेहत मंत्रालय के संयुक्त सकत्तर पद्धर के अधिकारियों नूं सौंपी गई है। ये टीमां प्रभावित सूबों का दौरा करके स्थिति का जायजा लैणगियां ते संबंधित सूबों नूं कोविड 19 प्रबंधन विच सहयोग करनगियां। केंद्रीय सेहत सकत्तर राजेश भूषण वालों सूबों नूं जारी किए गए पत्र विच कहा गया है कि कोविड 19 के संचार नूं रोकण लई सख्ती नाल कदम उठाए जाण। उन्होंने कहा कि सूबों ते केंद्र शासित प्रदेशों वालों किसी भी प्रकार की ढिल कोविड 19 के नवे रूप के फैलाव विच सहाई हो सकती है, जिसका खमियाजा खतरनाक हो सकता है। सेहत सकत्तर वालों वख-वख तौर ते 10 सूबों ते केंद्र शासित प्रदेशों के मुख सकत्तरां नूं तैनात ਕੀਤੀਆਂ ਗਈਆਂ ਟੀਮਾਂ ਨਾਲ ਤਾਲਮੇਲ ਬਣਾਉਣ ਲਈ ਕਿਹਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਤਮ ਨਿਰਭਰ ਭਾਰਤ ਅਤੇ ਲੋਕਲ ਲਈ ਵੋਕਲ ਦੇ ਨਾਰੇ ਨਾਲ ਭਾਰਤ ਵਿੱਚ ਖਿਡੌਣਿਆਂ ਦੇ ਨਿਰਮਾਣ ਨੂੰ ਪ੍ਰਫੁੱਲਿਤ ਕਰਨ ਅਤੇ ਵਿਸ਼ਵ ਬਾਜ਼ਾਰ ਵਿੱਚ ਇਸ ਦੀ ਹਿੱਸੇਦਾਰੀ ਨੂੰ ਵਧਾਉਣ ਦੇ ਮਕਸਦ ਨਾਲ ਪਹਿਲੀ ਵਾਰ ਭਾਰਤ ਸਰਕਾਰ ਵੱਲੋਂ 27 ਫਰਵਰੀ ਤੋਂ 2 ਮਾਰਚ ਤੱਕ ਇੰਡੀਆ ਟੁਆਏ ਫੇਅਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦਾ ਉਦਘਾਟਨ ਨਵੀਂ ਦਿੱਲੀ ਵਿੱਚ ਹੋਵੇਗਾ ਅਤੇ ਦੇਸ਼ ਭਰ ਦੇ ਖਿਡੌਣਿਆਂ ਦੇ ਨਿਰਮਾਤਾ ਅਤੇ ਹੋਰ ਹਿੱਤਧਾਰਕ ਵਰਚੁਅਲ ਮਾਧਿਅਮ ਰਾਹੀਂ ਇਸ ਨਾਲ ਜੁੜਨਗੇ। ਇਸ ਟੁਆਏ ਫੇਅਰ ਵਿੱਚ ਮਨੋਰੰਜਨ ਨਾਲ ਜੁੜੇ ਖਿਡੌਣੇ, ਵਿਗਿਆਨਕ ਖਿਡੌਣੇ, ਸਿੱਖਿਆਦਾਇਕ ਖਿਡੌਣੇ, ਸਥਾਨਕ ਖਿਡੌਣੇ ਅਤੇ ਆਧੁਨਿਕ ਇਲੈਕਟ੍ਰੋਨਿਕ ਖਿਡੌਣੇ ਖਿੱਚ ਦਾ ਕੇਂਦਰ ਰਹਿਣਗੇ। ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਦੇਸ਼ ਵਿਦੇਸ਼ਾਂ ਤੋਂ ਖਿਡੌਣਾ ਸਨਅਤ ਦੇ ਸਾਰੇ ਹਿੱਤਧਾਰਕਾਂ ਨੂੰ ਆਪਸੀ ਸੰਪਰਕ ਅਤੇ ਗੱਲਬਾਤ ਲਈ ਇੱਕ ਮੰਚ ਪ੍ਰਦਾਨ ਕੀਤਾ ਜਾ ਰਿਹਾ ਹੈ। ਇੰਡੀਆ ਟੁਆਏ ਫੇਅਰ 2021 ਖਿਡੌਣਾ ਸਨਅਤ ਦੇ ਵਿਕਾਸ ਅਤੇ ਭਾਰਤੀ ਖਿਡੌਣਿਆਂ ਨੂੰ ਵਿਸ਼ਵ ਪੱਧਰ 'ਤੇ ਪ੍ਰਮੋਟ ਕਰਨ ਅਤੇ ਨਿਰਮਾਣ ਸਮਰੱਥਾ ਨੂੰ ਵਧਾਉਣ ਵਿੱਚ ਲਾਭਕਾਰੀ ਸਾਬਤ ਹੋਵੇਗਾ। हमारे देश में लोकल खिलौनों की बहुत समृद्ध परंपरा रही। भारत के खिडौनिया के उद्योग का सहयोग करने के लिए भारत सरकार भारत विच पहली बार द इंडिया टॉय फेयर का आयोजन करन जा रही है, जिथे थानू फन टॉयज, साइंस टॉयज, मॉडर्न टॉयज, लोकल टॉयज, एजुकेशनल टॉयज, मॉडर्न इलेक्ट्रॉनिक टॉयज दी भरपूर वैरायटी वेखण नूं मिलेगी। माहरा तो जाने कि किवें खिडौने थोड़े बच्चे दी सिख्या दा एक महत्वपूर्ण हिस्सा बन सकते हैं। अपने बच्चियां दी मजेदार सिखलाई धारनावां नाल जान पहचान करवाओ। वेबनारा ते सेमिनारा दे विच हिस्सा लवो अते उम्र दे हरेक समूह दीआं खिडौणियां दीआं लोड़ां नूं समझो। ग्लोबल निवेशकां, निर्यातकां, उद्योगिक आगूआं, MSME, SME अते स्थानक उद्योगां दा एक विशाल मेला। इस आभासी प्लेटफार्म ते भारत दीआं 1000 तों वध कंपनियां अते कुशल कारीगर दुनिया नूं अपनी विलक्खण विरासत दा नमूना दिखाउणगे। खिडौणियां दे 7 लाख करोड़ दे ग्लोबल व्यापार विच आउण वाले समां अंदर भारत सरकार दी मदद नाल भारतीय व्यापारक अते कुशल कारीगर $400 मिलियन दे खिडौणियां दा व्यापार कर सकणगे। प्रधानमंत्री जी दे आत्मनिर्भर भारत दा सुपना हुण असीं सारे मिलके पूरा करांगे। बनावांगे अपनी नवी पहचान, ਭਰਾਂਗੇ ਨਵੀਂ ਉਡਾਨ, ਖਿਡੌਣਿਆਂ ਦੇ ਗਲੋਬਲ ਵਪਾਰ ਵਿੱਚ ਬਣਾਵਾਂਗੇ ਆਪਣਾ ਮੁਕਾਮ। ਮਾਪੇ, ਅਧਿਆਪਕ, ਕਾਰੋਬਾਰੀ ਅਤੇ ਨਿਵੇਸ਼ਕ 27 ਫਰਵਰੀ ਤੋਂ 2 ਮਾਰਚ ਤੱਕ ਇਸ ਇਤਿਹਾਸਿਕ ਇੰਡੀਆ ਟੁਆਏ ਫੇਅਰ ਦਾ ਹਿੱਸਾ ਬਣੋ ਅਤੇ www.theindiatoyfair.in ਤੇ ਰਜਿਸਟਰ ਕਰੋ। ਮੈਂ ਆਪਣੇ ਸਟਾਰਟਅਪ ਮਿੱਤਰਾਂ, ਹਮਾਰੇ ਨਏ ਉਦਯਮੀਓਂ ਸੇ ਕਹਿਤਾ, ਆਈਏ ਮਿਲਕਰ ਖਿਲੌਣੇ ਬਣਾਏ। ਅਬ ਸਭੀ ਕੇ ਲੀਏ लोकल खिलौनों के लिए वोकल होने का समय है। टीम अप फॉर टॉयज। इस दे नाल ही खबरां दी समाप्ति। धन्यवाद।